अमृत नाम हृदय में दीनो, अमृत नाम हृदय में दीनो, जन्म जन्म की मैल गई, गुरपुरे मेरी राख ले, गुरपुरे मेरी राख ले, निवरे दूत दुष्ट बैराही, गुरपुरे का जपया जा, कहा करे कोई बिचारा, प्रभ मेरे का वड परता, सिमर 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 सुख आया, चरण कमल रख मन माही, ताकि शरण परयो नानक दास, जाते ऊपर को नाही, दंडोत बंधन अनेक बार, सर्व कला समरत डोलन तेरा को प्रभु नानक दे कर हक। वाहे गुरु वाहे गुरु वाहे गुरु जी, वाहे गुरु वाहे गुरु वाहे गुरु जी, वाहे गुरु वाहे गुरु वाहे गुरु जी, वाहे गुरु वाहे गुरु वाहे गुरु जी। सतनाम 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 Hey.
ਸਰਵਨ ਕੀਤਾ ਹੈ ਆਓ ਸਾਰੇ ਮਿਲ ਜੁਲ ਕੇ ਸਤਿਗੁਰ ਕਿਰਪਾ ਕਰੇ ਬਖਸ਼ਿਸ਼ ਕਰੇ ਕਿਉਂਕਿ ਜਿਤਨੇ ਵੀ ਅਸੀਂ ਦੀਵਾਨ ਰੱਖਦੇ ਹਾਂ
ਸਾਡਾ ਦੀਵਾਨ ਰੱਖਣ ਦਾ ਫਾਇਦਾ ਤਾਂ ਹੀ ਹੈ ਕਿ ਅਸੀਂ ਮਨ ਬਾਣੀ ਜਿਹੜੀ ਹੈ ਮਨ ਕਰਕੇ ਪੜ੍ਹੀਏ, ਮਨ ਨੂੰ ਇਕਾਗਰ ਕਰੀਏ, ਮਨ ਸਤਿਗੁਰ ਦੇ ਚਰਨਾਂ ਕਮਲਾਂ ਵਿੱਚ ਜੋੜੀਏ, ਸੰਗਤ ਵਿੱਚ ਆਈਏ, ਸੰਗਤ ਵਿੱਚ ਜੁੜੀਏ, ਪਤਾ ਲੱਗੇ ਕਿ ਸੰਗਤ ਵਿੱਚ ਸਾਨੂੰ ਗੁਰੂ ਮਹਾਰਾਜ ਬਾਣੀ ਦੁਆਰਾ ਕੀ ਫਰਮਾਨ ਕਰਦੇ ਹਨ ਗੁਰੂ ਜੀ। ਅਤੇ ਆਓ ਸਾਰੇ ਮਿਲ ਜੁਲ ਕੇ, ਬਿਲਕੁਲ ਸਿੱਧਾ ਸ਼ਬਦ ਹੈ, ਇੱਕ ਭੋਰੀ ਦਰਸ਼ਨ ਦੀ ਜੇ ਸਤਿਗੁਰ ਕਿਰਪਾ ਕਰੇ। ਇਹ ਰਾਗਾਂ ਵਿੱਚ ਨਹੀਂ ਹੈ, ਬਿਲਕੁਲ ਸਧਾਰਨ ਸੁਰ ਹੈ। ਆਓ ਅਸੀਂ ਮਿਲ ਜੁਲ ਕੇ ਪੜ੍ਹੀਏ ਇੱਕ ਭੋਰੀ ਦਰਸ਼ਨ ਦੀ ਜੇ। ਇੱਕ ਭੋਰੀ ਦਰਸ਼ਨ ਦੀਜੇ, ਇੱਕ ਭੋਰੀ ਦਰਸ਼ਨ ਦੀਜੇ, ਇੱਕ ਭੋਰੀ ਪਿਆਰੇ ਸੇ ਤਰੀ ਉਤਾਰੇ, ਇਸ ਦਾਸ ਪਿਆਰੇ ਸੇ ਤਰੀ ਉਤਾਰੇ, ਇਸ ਦਾਸ ਪਿਆਰੇ ਸੇ ਤਰੀ ਪੂਰੀ
दर्शन दीजे, एक पूरी दर्शन दीजे, एक पूरी दर्शन दीजे, एक पूरी दर्शन दीजे, एक पूरी दर्शन दीजे। नैन हमारे प्रिय रंग रंगारे, नैन हमारे प्रिय रंग रंगारे, नैन हमारे प्रिय रंग रंगारे, एक दिल बिना दास प्यारे सिर तरी उतारे, एक पूरी दर्शन दीदे, 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 एक प्रभ से मन लीना जियो जल मीना, प्रभ से मन लीना जियो जल मीना, प्रभ से मन लीना जियो जल मीना, चात्रक जीवेत संतिया, चात्रक जीवेत संतिया, चात्रक जीवेत संतिया, जन नानक गुर पूरा पाया, जन नानक गुर पूरा जन नानक गुर पूरा पाया, सगली त्रिकाब जंतिया, सगली त्रिकाब जंतिया, सगली त्रिकाब जंतिया, एक पूरी दर्शन दी दे, तिस दस प्यारे सिर तरी उतारे, तिस दस प्यारे सिर तरी उतारे, तिस दस प्यारे सिर तरी उतारे, एक पूरी दर्शन दीजे, एक पूरी दर्शन दीजे।
ਪਿਆਰੇ ਜਿਨ੍ਹਾਂ ਨੇ ਹੀ ਨਾਮ ਸਤਿਗੁਰੂ ਆਪ ਜਾਣਦੇ ਹੋਏ ਸਮਾਗਮ ਰੱਖਿਆ ਹੈ, ਪ੍ਰੋਗਰਾਮ ਰੱਖਿਆ ਹੈ, ਸਤਿਗੁਰੂ ਕਿਰਪਾ ਕਰੇ, ਬਖਸ਼ਿਸ਼ ਕਰੇ, ਇਸ ਪਰਿਵਾਰ 'ਤੇ ਮਿਹਰ ਭਰਿਆ ਸਿਰ 'ਤੇ ਹੱਥ ਰੱਖੇ, ਚੜ੍ਹਦੀਆਂ ਕਲਾਂ ਵਾਲਾ ਜੀਵਨ ਬਖਸ਼ੇ। ਆਓ ਪੂਤਾ ਮਾਤਾ ਕੀ ਅਸੀਸ, ਨਿਮਖ ਨਾ ਵਿਸਰੋ ਤੁਮਕੋ ਹਰ ਹਰ, ਸਦਾ ਬਚੋ ਜਗਦੀਸ਼, ਆਪਣੇ ਸੇਵਕ ਕੀ ਆਪੇ ਰਾਖੇ, ਆਪੇ ਨਾਮ ਜਪਾਵੇ, ਜੈ ਜੈ ਕਾਜ ਕਿਰਤ ਸੇਵਕ ਕੀ, ਤਹਾਂ ਤਹਾਂ ਉੱਠ ਤਾਵੇ। ਆਪਣੇ ਸੇਵਕ ਕੀ ਆਪੇ ਰਾਖੇ, ਆਪੇ ਨਾਮ ਜਪਾਵੇ, ਆਪਣੇ ਸੇਵਕ ਕੀ ਆਪੇ ਰਾਖੇ, ਆਪੇ ਨਾਮ ਜਪਾਵੇ, ਜੈ ਜੈ ਕਾਜ ਕੀਰਤ ਸੇਵਕ ਕੀ, ਜੈ ਜੈ ਕਾਜ ਕੀਰਤ ਸੇਵਕ ਕੀ। ਸੇਵਕ ਕੀ ਆਪੇ ਰਾਖੇ, ਆਪੇ
ਧੰਨਵਾਦੀ ਹੈ ਕਿ ਦਾਸ ਨੂੰ ਦਾਸ ਦੀ ਬੇਨਤੀ ਪ੍ਰਵਾਨ ਕੀਤੀ, ਦਾਸ ਨੂੰ ਹਾਜ਼ਰੀ ਭਰਨ ਦਾ, ਦਾਸ ਨੂੰ ਯਾਦ ਕੀਤਾ ਹੈ, ਹਾਜ਼ਰੀ ਭਰਨ ਦਾ ਦਾਸ ਨੂੰ ਮੌਕਾ ਦਿੱਤਾ ਹੈ। ਮੈਂ ਸਾਧ ਸੰਗਤ ਦਾ, ਪ੍ਰਬੰਧਕਾਂ ਦਾ ਅਤੇ ਪਰਿਵਾਰ ਦਾ ਅਤਿ ਧੰਨਵਾਦੀ ਹਾਂ। ਗਗਨਦੀਪ ਸਿੰਘ ਜੀ ਗੁਰਮੁਖ ਪਿਆਰਿਆਂ ਨੇ ਬੜੇ ਪ੍ਰੇਮ ਸਤਿਕਾਰ ਨਾਲ ਦਾਸ ਨੂੰ ਹਾਜ਼ਰੀ ਭਰਨ ਦਾ ਮੌਕਾ ਦਿੱਤਾ ਹੈ। ਸਤਿਗੁਰੂ ਜੀ ਕਿਰਪਾ ਕਰਨ, ਬਖਸ਼ਿਸ਼ ਕਰਨ, ਪਰਿਵਾਰ ਨੂੰ ਇਸੇ ਤਰ੍ਹਾਂ ਚੜ੍ਹਦੀਆਂ ਕਲਾਂ ਦਾ ਜੀਵਨ ਹੋਵੇ,
ਸਤਿਗੁਰ ਜੀ ਬਖਸ਼ਿਸ਼ ਕਰਨੀ ਇਸੇ ਤਰ੍ਹਾਂ ਦੇਸ਼ ਅਤੇ ਕੌਮ ਦੀ ਸੇਵਾ ਕਰਨ ਦਾ ਮੌਕਾ ਮਿਲੇ, ਦੇਸ਼ ਅਤੇ ਕੌਮ ਦਾ ਸੇਵਾਦਾਰ ਬਣਨ। ਸਤਿਗੁਰ ਜੀ ਬਖਸ਼ਿਸ਼ ਕਰਨ, ਮਿਹਰ ਕਰਿਆ, ਪਰਿਵਾਰ 'ਤੇ ਹੱਥ ਰੱਖਣ ਬਾਣੀ ਪੜ੍ਹਦਿਆਂ, ਕਿਉਂਕਿ ਦਾਸ ਦੀ ਨਿਗਾਹ ਨਹੀਂ। ਦਾਸ ਨੇ ਲਗਭਗ 500-600 ਸ਼ਬਦ ਨੂੰ ਜਵਾਨੀ ਯਾਦ ਹੈ, ਅਜੇ ਵੀ ਯਾਦ ਕਰ ਰਿਹਾ ਹੈ। ਜਿਸ ਵਿੱਚ ਦੇਖਦਾ ਹੈ ਦਾਸ ਦਰਬਾਰ ਸਾਹਿਬ, ਜੋ ਵੀ ਸ਼ਬਦ ਆਉਂਦਾ ਹੈ, ਜੋ ਮਨ ਵਿੱਚ ਵਸ ਜਾਂਦਾ ਹੈ, ਉਸਨੂੰ ਯਾਦ ਕੀਤਾ ਜਾਂਦਾ ਹੈ। ਸਤਿਗੁਰੂ ਕਿਰਪਾ ਕਰੇ। ਹਾਲਾਂਕਿ ਦਾਸ ਜ਼ਿਆਦਾਤਰ ਰਾਗਾਂ 'ਚ ਕੀਰਤਨ ਕਰਦਾ ਹੈ, ਪਰ ਕਈਆਂ ਸੱਜਣਾਂ ਦਾ, ਸੰਗਤਾਂ ਦਾ ਬੇਨਤੀ ਹੈ, ਹੁਕਮ ਹੈ ਕਈਆਂ ਦਾ ਕਿ ਤੁਸੀਂ ਸਿੱਧਾ ਵੀ ਕੀਰਤਨ ਥੋੜ੍ਹਾ ਜਿਹਾ ਕਰਿਆ ਕਰੋ। ਇਸ ਗੱਲੇ ਦਾਸ ਨੇ ਅੱਜ ਜ਼ਿਆਦਾਤਰ ਸ਼ਬਦ ਸਿੱਧੇ ਹੀ ਪੜ੍ਹੇ ਹਨ। ਸਤਿਗੁਰੂ ਕਿਰਪਾ ਕਰੇ, ਬਖਸ਼ਿਸ਼ ਕਰੇ। ਬਾਣੀ ਪੜ੍ਹਦਿਆਂ ਅਨੇਕਾਂ ਭੁੱਲਾਂ ਹੋ ਗਈਆਂ ਹੋਣਗੀਆਂ, ਸੋ ਅਣਜਾਣ ਬੱਚੇ ਜਾਣ ਕੇ ਖਿਮਾ ਕਰਨੀ, ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਫਤਿਹ ਦਾ ਜਵਾਬ ਫਤਿਹ ਵਿੱਚ ਦੇਣਾ, ਕਿਉਂਕਿ ਫਤਿਹ ਵਿੱਚ ਦੋ ਵਾਰੀ ਸਿਮਰਨ ਨਿਕਲਦਾ ਹੈ ਮੂੰਹ ਤੋਂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।